हाँ जी, हुण असीं रोपड़ दे वेटलाइंड एरिए दे विच खड़े हाँ, जिथे कि अज बहुत ही वधिया प्रोग्राम जिहड़ा कीता गया केंद्र सरकार दीआं हदायतां मुताबक। अज इत्थे एक प्रोग्राम का आयोजन किया जिस विच बच्चों ने भाग लिया, पेंटिंग मुकाबले कराए गए अते बच्चों नूं वेटलाइंड बारे जाणू कराया गया। बिल्कुल जी, इत्थों दे जिहड़े इंचार्ज प्रभजोत कौर आ, तुसीं देख सकते हो बच्चे जिहड़े आ इत्थे पहुंचे हुए सी, इन्हां दे हत्थां दे विच पेंटिंग है, पेंटिंग दे मुकाबले कराए गए। मुकाबले तो बाद जिहड़े बच्चों नूं एक प्राइज भी दिते गए हैं। फस्ट प्राइज मैं कहिंदा थोड़ा है जी, क्या नाम है थोड़ा? दलजीत कौर। किवें दा लग्गिया अज दा प्रोग्राम? बहुत अच्छा। किवें दा मतलब क्या सिखाया गया इस प्रोग्राम? वेटलैंड बारे दिखाया गया, ओहदे इंपोर्टेंस बारे, ओहदे बारे दस्या कि ओह की है। तुहानू समझ आया? हाँ जी। और असीं एक मतलब कि ड्राइविंग भी कीती गई, हुण इत्थे सफाई बारे भी दस्या। थोड़ा क्या नाम है जी? प्रभजोत कौर। बिल्कुल जी। सारे बच्चे हाँ जी, थोड़ा क्या हाल है जी? मेरा नाम मन्नत। ਅੱਜ ਪਹੁੰਚੇ ਹਾਂ ਇੱਥੇ, ਕਿਆ ਸਿੱਖਿਆ ਜੀ? ਵੈਟਲੈਂਡ ਬਾਰੇ ਸਿੱਖਿਆ, ਅਤੇ ਜਿਵੇਂ ਕਲੀਨਲੀਨੈਸ ਸਾਨੂੰ ਕਰਨੀ ਚਾਹੀਦੀ ਹੈ, ਬਹੁਤ ਜ਼ਿਆਦਾ ਸਾਨੂੰ ਇਹਦੀ ਇੰਪੋਰਟੈਂਸ ਪਤਾ ਲੱਗੀ ਕਿ ਕਿਵੇਂ ਹੈ ਨਾ ਆਪਣੀ ਡੇਲੀ ਲਾਈਫ ਵਿੱਚ ਇਹਨਾਂ ਚੀਜ਼ਾਂ ਨੂੰ ਆਪਾਂ ਅਪਣਾ ਕੇ ਆਪਣਾ ਇੱਕ ਹੈਲਦੀ ਅਤੇ ਇੱਕ ਪਿਓਰ ਇਨਵਾਇਰਮੈਂਟ ਅਪਣਾ ਸਕਦੇ ਹਾਂ। ਥੈਂਕ ਯੂ ਜੀ, ਧੰਨਵਾਦ ਜੀ। ਆਪਾਂ ਗੱਲ ਕਰਦੇ ਹਾਂ ਜੀ ਹੁਣ ਇੱਥੋਂ ਦੇ ਡਿਪਾਰਟਮੈਂਟ ਦੇ ਨਾਲ, ਪ੍ਰਭਜੋਤ ਜੀ। ਪ੍ਰਭਜੋਤ ਜੀ ਸਾਡੇ ਨਾਲ ਇਸ ਯੂਨਿਟ ਦੇ ਇੰਚਾਰਜ ਪ੍ਰਭਜੋਤ ਕੌਰ ਹੈ, ਜਿਨ੍ਹਾਂ ਨੇ ਅੱਜ ਸਾਰਾ ਪ੍ਰੋਗਰਾਮ ਦੀ ਦੇਖ ਰੇਖ ਇਹਨਾਂ ਦੇ ਰਹਿਨਮ ਉਹਨਾਂ ਦੇ ਦੇਖ ਰੇਖ ਦੇ ਵਿੱਚ ਹੋਇਆ। ਮੈਡਮ, ਕਿਆ ਸੀ ਅੱਜ, ਕੀ ਪ੍ਰੋਗਰਾਮ ਹੋਇਆ? ਸਰ, ਅੱਜ 5 ਜੂਨ ਨੂੰ ਅਸੀਂ ਹਰ ਸਾਲ ਵੈਸੇ ਇਹ ਇਨਵਾਇਰਮੈਂਟ ਡੇ ਸੈਲੀਬ੍ਰੇਟ ਕਰਦੇ ਹਾਂ, ਪਰ ਅੱਜ ਮਤਲਬ ਇੱਥੇ ਜਿਹੜਾ ਆਪਾਂ ਇਸ ਮੌਕੇ 'ਤੇ ਇਕੱਠੇ ਹੋਏ ਹਾਂ, ਅਤੇ ਇਹਦਾ ਇਹ ਰੀਜ਼ਨ ਸੀਗਾ ਕਿ ਅੱਜ ਇੱਥੇ ਅੰਮ੍ਰਿਤ ਧਰੋਹਰ ਯੋਜਨਾ ਦੇ ਤਹਿਤ ਅਸੀਂ ਸਕੂਲ ਦੇ ਬੱਚਿਆਂ ਨੂੰ ਬੁਲਾ ਕੇ ਅਤੇ ਵੱਖ ਵੱਖ ਸਕੂਲਾਂ ਦੇ ਬੱਚਿਆਂ ਨੂੰ ਬੁਲਾ ਕੇ ਪੇਂਟਿੰਗ ਦੇ ਕੰਪੀਟੀਸ਼ਨ ਕਰਵਾਏ, ਅਤੇ ਉਸ ਤੋਂ ਬਾਅਦ ਅਸੀਂ ਵੈਟਲੈਂਡ ਵਾਕ ਕਰਵਾਈ ਹੈ, ਅਤੇ ਉਹਨਾਂ ਨੂੰ ਇੱਕ ਵੈਟਲੈਂਡ 'ਤੇ ਮੂਵੀ ਵੀ ਦਿਖਾਈ ਹੈ, ਅਤੇ ਕਲੀਨਨੈਸ ਡਰਾਈਵ ਕਰਵਾਈ, ਅਤੇ ਇਸ ਦੇ ਨਾਲ ਹੀ ਅਸੀਂ ਇੱਥੇ ਵੈਟਲੈਂਡ ਮਿੱਤਰਾਂ ਨੂੰ ਨੋਮੀਨੇਟ ਕੀਤਾ। ਥੈਂਕ ਯੂ, ਧੰਨਵਾਦ ਜੀ। ਬਿਲਕੁਲ ਜੀ, ਇਹ ਪ੍ਰੋਗਰਾਮ ਸਾਰਾ ਜਿਹੜਾ ਔਨਲਾਈਨ ਮੋਦੀ ਸਾਹਿਬ ਨੇ ਦੇਖਿਆ। ਹਾਂਜੀ, ਅਤੇ ਸਾਡੇ PM ਸਾਹਿਬ ਜਿਹੜੇ ਬਿਲਕੁਲ ਔਨਲਾਈਨ ਜਿਹੜੇ ਜੁੜੇ ਹੋਏ ਸੀਗੇ, ਅਤੇ ਸਾਰੇ ਇਲਾਕੇ ਸਾਰੇ ਜਿਹੜੇ ਵੈਟਲੈਂਡ ਏਰੀਆ ਨੇ ਉੱਥੋਂ ਇਹ ਸਾਰੇ ਪ੍ਰੋਗਰਾਮ ਲਾਈਵ ਰਹੇ।